देखो एबीपी सांझा टाटा स्काई चैनल नंबर 1929 थे। कपूरथला दे पिंड निजामपुर दे गुरुद्वारा साहब विच बेअदबी दी कोशिश करन वाले नूं गुस्से विच आए लोकां ने मौत दे घाट उतार दित्ता है। फिलहाल पुलिस वल्लों लाश नूं सिविल हस्पताल ले जाया गया। पिछले 24 घंटियां दौरान इह दूजी घटना है। इस तों पहलां दरबार साहब अमृतसर विखे वी नौजवान वल्लों बेअदबी करन दी कोशिश कीती गई सी, जिस नूं भीड़ ने कुटमार करके मौत दे घाट उतार दित्ता सी। कपूरथला दे पिंड निजामपुर विच इक व्यक्ति वल्लों गुरुद्वारा साहब विच बेअदबी करन दी कोशिश कीती गई सी। पिंड वालियां दे मुताबक निशान साहब दे नाल छेड़ छाड़ कर रहा सी। इस सारी घटना सवेरे 4 बजे दी है। इस तो बाद पिंड वालियां ने मुलजम नूं मौके तो ही दपोच लिया। उसके बाद उसके नाल बुरी तरह कुटमार भी की गई। हालांकि मौके ते पुलिस भी पहुंची। पुलिस वालों पिंड वालियां नूं समझाउण दी कोशिश भी की गई, पर स्थानक लोगों ने मुलजम नूं पुलिस के हवाले नहीं किया, जिस तो बाद कुटमार के कारण उस व्यक्ति की मौत हो गई। ਮਾਸ਼ਾਪੁਰ ਦਾ ਏਰੀਆ ਹੈਗਾ ਪਿੰਡ ਦਾ। ਸਵੇਰੇ 4 ਵਜੇ ਭਾਈ ਅਮਰਜੀਤ ਸਿੰਘ ਹੈਗੇ ਆ, ਜਿਹੜਾ ਇੱਥੇ ਇੱਕ ਡੇਰਾ ਗੁਰਦੁਆਰਾ ਸਾਹਿਬ ਚਲਾਉਂਦੇ ਆ, ਉਹਨਾਂ ਨੇ ਤਕਰੀਬਨ 7:30 ਵਜੇ ਪੁਲਿਸ ਨੂੰ ਇਤਲਾਹ ਦਿੱਤੀ ਆ ਵੀ ਇੱਥੇ ਇੱਕ ਬੰਦਾ ਅਸੀਂ ਫੜਿਆ। ਇਹ ਥੱਲੇ ਉਹਨਾਂ ਨੇ ਥੱਲੜੇ ਪਾਸੇ ਆਪਣਾ ਜਿਹੜਾ ਹੈਗਾ ਆ ਰਿਹਾਇਸ਼ ਰੱਖੀ ਹੋਈ ਆ, ਅਤੇ ਉੱਪਰਲੇ ਪਾਸੇ ਗੁਰਦੁਆਰਾ ਸਾਹਿਬ ਹੈਗਾ, ਗੁਰਦੁਆਰਾ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਸਵੇਰੇ 4 ਵਜੇ ਮੈਂ ਉੱਠਿਆ ਇਸ਼ਨਾਨ ਕਰਨ ਲਈ, ਅਤੇ ਉਸ ਟਾਈਮ ਦੇ ਉੱਪਰ ਇੱਕ ਬੰਦਾ ਅਸੀਂ ਫੜਿਆ। ਉਹ ਬੰਦਾ ਮੇਰੇ ਤੋਂ ਛੁੱਟ ਕੇ ਚਲੇ ਗਿਆ। ਮੈਂ ਹੋਰ ਬੰਦੇ ਇਕੱਠੇ ਕਰਕੇ ਆਪਣੇ ਜਿਹੜੇ ਅੰਦਰ ਉਸ ਟਾਈਮ 'ਤੇ ਡੇਰੇ 'ਤੇ ਸੀਗੇ ਉਹਨੂੰ ਫੜ ਲਿਆ, ਅਤੇ ਉਹਨਾਂ ਨੇ ਖਲਸ਼ਾ ਜ਼ਾਹਰ ਕੀਤਾ ਵੀ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦਾ ਸੀਗਾ, ਅਤੇ ਇੱਕ ਉਹਨਾਂ ਨੇ ਕਿਚਨ ਦੇ ਵਿੱਚੋਂ ਇਹਨੂੰ ਫੜਿਆ। ਉਹ ਤੋਂ ਬਾਅਦ ਉਹਨਾਂ ਨੇ ਇਹਨੂੰ ਲਾਈਵ ਹੋ ਗਏ, ਉਹਨਾਂ ਨੇ ਫੇਸਬੁੱਕ 'ਤੇ ਪੁਲਿਸ ਨੂੰ ਇਤਲਾਹ ਨਹੀਂ ਕੀਤੀ, ਫੇਸਬੁੱਕ 'ਤੇ ਲਾਈਵ ਹੋ ਗਏ। ਫਿਰ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ, ਬਟ ਉਹਨਾਂ ਦੇ ਮੁਤਾਬਕ ਉਸ ਬੰਦੇ ਨੇ 3-4 ਘੰਟੇ ਬਾਅਦ ਕੁਛ ਵੀ ਉਹਨਾਂ ਨੂੰ ਨਹੀਂ ਦੱਸਿਆ ਵੀ ਉਹ ਕੌਣ ਆ, ਉਹ ਕਿੱਥੋਂ ਆਇਆ, ਕਿੱਦਾਂ ਸੀਗਾ। ਜਦੋਂ ਪੁਲਿਸ ਨੂੰ ਪਤਾ ਲੱਗਾ, ਪੁਲਿਸ ਮੌਕੇ 'ਤੇ ਪਹੁੰਚੀ ਹੈ। ਪੁਲਿਸ ਨੇ ਮੌਕੇ 'ਤੇ ਆਲਰੇਡੀ ਜਿਹੜਾ ਹੈਗਾ ਆ ਕਾਫੀ ਧਾਰਮਿਕ ਉਹ ਫੇਸਬੁੱਕ 'ਤੇ ਲਾਈਵ ਹੋਣ ਕਰਕੇ ਉਹਨਾਂ ਨੇ ਕਾਫੀ ਧਾਰਮਿਕ ਜਿਹੜੀਆਂ ਜਥੇਬੰਦੀਆਂ ਉਹ ਇਕੱਠੀਆਂ ਹੋ ਗਈਆਂ ਸੀ। ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਵੀ ਇਹਨੂੰ ਅਸੀਂ ਲਾਠੀ ਚਾਰਜ ਨਾ ਕੀਤਾ ਜਾਵੇ। ਅੱਗੇ ਆਲਰੇਡੀ ਕੱਲ੍ਹ ਦਾ ਦਰਬਾਰ ਸਾਹਿਬ ਦੀ ਜਿਹੜੀ ਘਟਨਾ ਸੀ ਉਹਦੇ ਨਾਲ ਸੈਂਟੀਮੈਂਟ ਬਹੁਤ ਹਰਟ ਹੋਏ ਸੀ ਆਲਰੇਡੀ। ਇਹਨੂੰ ਵੀ ਉਸ ਘਟਨਾ ਨਾਲ ਰਿਲੇਟ ਕੀਤਾ ਗਿਆ ਵੀ ਇੱਥੇ ਵੀ ਇਸੇ ਤਰੀਕੇ ਦੀ ਬੇਅਦਬੀ ਹੈ। ਹਾਲਾਂਕਿ ਹਲੇ ਤਫਤੀਸ਼ ਨਹੀਂ ਹੋਈ ਇਸ ਗੱਲ ਦੀ ਵੀ ਇਹ ਚੋਰੀ ਦਾ ਕੇਸ ਆ, ਇਹ ਬੇਅਦਬੀ ਦਾ ਹੈਗਾ, ਬਟ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ। ਉਹ ਤੋਂ ਬਾਅਦ ਉਹਨਾਂ ਨੇ ਲੌਕ ਕਰ ਲਿਆ ਉਸ ਬੰਦੇ ਨੂੰ ਇੱਕ ਕਮਰੇ ਦੇ ਵਿੱਚ, ਫਿਰ ਮੌਬ ਇਕੱਠਾ ਹੋ ਗਿਆ, ਫਿਰ ਮੌਬ ਨੇ ਉਹ 'ਤੇ ਅਟੈਕ ਕੀਤਾ। ਹੁਣ ਉਹਨੂੰ ਹੋਸਪਿਟਲ ਅਸੀਂ ਉਹਨੂੰ ਪੂਰੀ ਆਪਣੇ ਬੰਦੇ ਨੂੰ ਜਿਹੜਾ ਉੱਥੇ ਫੜਿਆ ਸਸਪੈਕਟ ਉਹਨੂੰ ਲੈ ਲਿਆ, ਅਤੇ ਹੁਣ ਹੋਸਪਿਟਲ ਉਹਨੂੰ ਭੇਜਿਆ ਆ। ਹੁਣ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਅਸੀਂ ਕਾਨੂੰਨ ਦੇ ਮੁਤਾਬਕ ਕਰ ਰਹੇ। ਪੰਜਾਬ ਔਰ ਪੰਜਾਬੀਅਤ ਕੀ ਪਰਛਾਈ, ਅਬ ਦੇਖੇ ABP ਸਾਂਝਾ टाटा स्काई चैनल नंबर 1929 पर। एबीपी सांझा देखने के लिए अपने केबल ऑपरेटर से अभी संपर्क करें। एबीपी सांझा, जोश, जज्बा, जुनून।